ਸਤਿ ਸ਼੍ਰੀ ਅਕਾਲ ਅੱਜ ਅਸੀਂ ਪੰਜਾਬ ਦੇ ਸਾਰੇ ਵਿਦਿਆਰਥੀਆਂ ਦੇ ਲਈ ਮੋਸਟ ਇੰਪੋਰਟੈਂਟ ਬੁੱਕ ਸਾਡਾ ਪੰਜਾਬ ਕਰਾਂਗੇ ਪਾਠ ਨੰਬਰ 4 ਪੰਜਾਬ ਦਾ ਮੱਧਕਾਲੀਨ ਇਤਿਹਾਸ ਦੇ ਵਿੱਚ ਦਲ ਖਾਲਸਾ ਦੇ ਬਾਰੇ ਜਾਣਕਾਰੀ ਬੰਦਾ ਸਿੰਘ ਬਹਾਦਰ ਦੀ ਮੌਤ ਮਗਰੋਂ ਸਿੱਖਾਂ ਕੋਲ ਯੋਗ ਅਗਵਾਈ ਦੀ ਕਮੀ ਰਹੀ। ਮੁਗਲ ਸਲਤਨਤ ਖਿਲਾਫ ਛਿੜਿਆ ਸੰਘਰਸ਼ ਹੁਣ ਲੋਕ ਲਹਿਰ ਦਾ ਰੂਪ ਲੈ ਗਿਆ। ਸਿੱਖ ਸੈਨਿਕਾਂ ਨੇ ਅੰਮ੍ਰਿਤਸਰ ਉੱਪਰ ਆਪਣਾ ਕਬਜ਼ਾ ਕਰ ਲਿਆ ਅਤੇ ਇਸ ਨੂੰ ਸਿੱਖੀ ਗਤੀਵਧੀਆਂ ਦਾ ਕੇਂਦਰ ਬਣਾ ਲਿਆ। ਹਰਿਵੰਦਰ ਸਾਹਿਬ ਦਾ ਕੰਮਕਾਜ ਦੇਖਣ ਲਈ ਭਾਈ ਮਨੀ ਸਿੰਘ ਨੂੰ ਨਿਯੁਕਤ ਕੀਤਾ ਗਿਆ। ਸਿੱਖਾਂ ਨੇ ਆਪਣੇ ਜਾਤੀ ਮਸਲੇ ਹੱਲ ਕਰਨ ਦੀ ਨਵੀਂ ਰਵਾਇਤ ਅਰੰਭੀ। ਇਹ ਮਸਲੇ ਹੁਣ ਅੰਮ੍ਰਿਤਸਰ ਵਿੱਚ ਵਿਸਾਖੀ ਅਤੇ ਦੀਵਾਲੀ ਮੌਕੇ ਹੁੰਦੇ ਇਕੱਠ ਦੌਰਾਨ ਵਿਚਾਰੇ ਜਾਂਦੇ। ਇਨ੍ਹਾਂ ਸੰਗਠਨਾਂ ਨੂੰ ਸਰਬਤ ਖਾਲਸਾ ਦਾ ਨਾਮ ਦਿੱਤਾ ਗਿਆ। ਸਰਬਤ ਖਾਲਸਾ ਅਮਲੀ ਰੂਪ ਵਿੱਚ ਤਾਕਤ ਬਣ ਕੇ ਉਭਰਿਆ। ਇਨ੍ਹਾਂ ਦੇ ਦੱਤੇਦਾਰ ਨਿਯੁਕਤ ਕੀਤੇ ਗਏ ਅਤੇ ਉਹਨਾਂ ਨੂੰ ਪਹਾੜੀ ਅਤੇ ਜੰਗਲਾਂ ਵਿੱਚ ਪੈਂਦੇ ਪਿੰਡਾਂ ਦੀ ਰਾਖੀ ਕਰਨ ਦੇ ਨਿਰਦੇਸ਼ ਦਿੱਤੇ ਗਏ। 1733 ਵਿੱਚ ਲਾਹੌਰ ਦਾ ਮੁਗਲ ਨਵਾਬ ਜਕਰੀਆ ਖਾਨ ਜਦੋਂ ਤਾਕਤ ਦੇ ਜ਼ੋਰ ਤੇ ਸਿੱਖਾਂ ਨੂੰ ਦਬਾ ਨਾ ਸਕਿਆ ਤਾਂ ਉਸਨੇ ਆਪਣੀਆਂ ਕੋਝੀਆਂ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ। ਉਸਨੇ ਸਿੱਖਾਂ ਨੂੰ ਜ਼ਗੀਰ ਦਿੱਤੀ ਅਤੇ ਉਹਨਾਂ ਦੇ ਮੁਖੀਆਂ ਨੂੰ ਨਵਾਬ ਦੀ ਉਪਾਧੀ ਦੇ ਦਿੱਤੀ। ਸਰਵਤ ਖਾਲਸਾ ਵੱਲੋਂ ਕਪੂਰ ਸਿੰਘ ਨੂੰ ਮੁਕੀ ਥਾਪਿਆ ਗਿਆ ਅਤੇ ਨਵਾਬ ਦੀ ਉਪਾਧੀ ਦਿੱਤੀ ਗਈ ਇਸੇ ਕਾਰਨ ਉਹਨਾਂ ਨੂੰ ਅੱਜ ਵੀ ਨਵਾਬ ਕਪੂਰ ਜੀ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਨਵਾਬ ਕਪੂਰ ਸਿੰਘ ਨੇ ਸੰਪੂਰਨ ਸਿੱਖ ਸੈਨਾ ਨੂੰ ਦੋ ਭਾਗਾਂ ਵਿੱਚ ਵੰਡਿਆ ਬੁੱਢਾ ਦਲ ਅਤੇ ਤਰੁਣਾ ਦਲ ਬੁੱਢਾ ਦਲ ਵਿੱਚ ਵਡੇਰੀ ਉਮਰ ਦੇ ਅਤੇ ਤਰੁਣਾ ਦਲ ਵਿੱਚ ਨੌਜਵਾਨ ਫੌਜੀ ਸਨ ਬੁੱਢਾ ਦਲ ਦਾ ਕਾਰਜ ਗੁਰਦੁਆਰਿਆਂ ਦੀ ਸਾਮ ਸੰਭਾਲ ਦੇ ਨਾਲ-ਨਾਲ ਤਰੁਣਾ ਦਲ ਨੂੰ ਸਹੀ ਅਗਵਾਈ ਅਤੇ ਸਿਖਲਾਈ ਦੇਣਾ ਸੀ ਜਦੋਂ ਕਿ ਤਰੁਣਾ ਦਲ ਦਾ ਕੰਮ ਫੌਜੀ ਹਮਲਿਆਂ ਨਾਲ ਨਿਢਠਣਾ ਸੀ ਨਵਾਬ ਕਪੂਰ ਸਿੰਘ ਅਤੇ ਸਰਦਾਰ ਜੱਸਾ ਸਿੰਘ ਆਲੂਵੜੀਆਂ ਨੇ ਜਕਰੀਆ ਖਾਨ ਦੇ ਇਸ ਰਵੱਈਏ ਦਾ ਭਰਪੂਰ ਲਾਭ ਲਿਆ ਅਤੇ ਜਥਿਆਂ ਨੂੰ ਸੰਪੂਰਨ ਆਜ਼ਾਦੀ ਨਾਲ ਕੰਮ ਕਰਨ ਦੀ ਆਜਾਤ ਮਿਲ ਗਈ ਪਰ ਜਕਰੀਆ ਖਾਨ ਅਤੇ ਨਵਾਬ ਕਪੂਰ ਸਿੰਘ ਵਿਚਕਾਰ ਹੋਈ ਸੰਧੀ 1735 ਵਿੱਚ ਟੁੱਟ ਗਈ ਸਰਕਾਰ ਨੇ ਜਾਗੀਰ ਦੇ ਮੂੜ ਕਬਜ਼ਾ ਕਰ ਲਿਆ ਅਤੇ ਸਰਬਤ ਖਾਲਸਾ ਨੂੰ ਗੈਰ ਕਾਨੂੰਨੀ ਕੋਸ਼ਿਸ਼ ਕੀਤਾ ਗਿਆ ਇਸ ਦਾ ਅਸਤਿੱਤਵ ਮਿਟਾ ਦਿੱਤਾ ਗਿਆ ਹਰਮੰਦਰ ਸਾਹਿਬ ਦੇ ਪਾਠੀ ਭਾਈ ਮਨੀ ਸਿੰਘ ਦੀ ਸ਼ਹਾਦਤ ਦੇ ਸਿੱਖਾਂ ਅੰਦਰ ਰੋਸ਼ ਦੀ ਲਹਿਰ ਪੈਦਾ ਕਰ ਦਿੱਤੀ ਪਰ ਉਹਨਾਂ ਦੇ ਬਦਲਾ ਲੈਣ ਤੋਂ ਪਹਿਲਾਂ ਹੀ ਨਾਦਰ ਸ਼ਾਹ ਨੇ 1733 ਈਸਵੀ ਵਿੱਚ ਪੰਜਾਬ ਤੇ ਹਮਲਾ ਕਰ ਦਿੱਤਾ ਅਤੇ ਖਾਲਸੇ ਨੇ ਨਾਦਰ ਸ਼ਾਹ ਨੂੰ ਨਾ ਬਖਸ਼ਿਆ ਉਹਨਾਂ ਨੇ ਨਾਦਰ ਸ਼ਾਹ ਦੁਆਰਾ ਇਕੱਠੇ ਕੀਤੇ ਲੁੱਟਦੇ ਮਾਲ ਨੂੰ ਖੋਲ ਲਿਆ ਜਾਣ ਤੋਂ ਪਹਿਲਾਂ ਨਾਦਰ ਸ਼ਾਹ ਨੇ ਜਕਰੀਆ ਖਾਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਇਹਨਾਂ ਲੜਕਿਆਂ ਨੂੰ ਖਤਮ ਨਾ ਕੀਤਾ ਤਾਂ ਇੱਕ ਦਿਨ ਉਹ ਉਸ ਦਾ ਰਾਜ ਭਾਗ ਖੋਹ ਲੈਣਗੇ ਜਕਰੀਆ ਖਾਨ ਨੇ ਨਾਦਰ ਸ਼ਾਹ ਦੀ ਚੇਤਾਵਨੀ ਨੂੰ ਯਾਦ ਰੱਖਿਆ ਉਸਨੇ ਖਾਲਸਾ ਦੁਆਰਾ ਬਣਾਈ ਦਲਵਾਨ ਕੱਚੀ ਗੜੀ ਢਾ ਦਿੱਤੀ ਲਾਹੌਰ ਦੀ ਘੋੜਾ ਮੰਡੀ ਜਿਸ ਨੂੰ ਅੱਜ ਸ਼ਹੀਦਗੰਜ ਕਿਹਾ ਜਾਂਦਾ ਹੈ ਵਿਖੇ ਹਜ਼ਾਰਾਂ ਸਿੱਖਾਂ ਦੇ ਸ਼ਿਰ ਜਕਰੀਆ ਖਾਨ ਦੇ ਹੁਕਮ ਅਤੇ ਵੜੇ ਵੜ ਦਿੱਤੇ ਗਏ 1745 ਸੀ ਵਿੱਚ ਜਕਰੀਆ ਖਾਨ ਦੀ ਮੌਤ ਤੋਂ ਬਾਅਦ ਉਸਦੇ ਪੁੱਤਰ ਯਾਹਿਆ ਖਾਨ ਨੇ ਕਮਾਲ ਸੰਭਾਲੀ ਅਤੇ ਸਿੱਖਾਂ ਪ੍ਰਤੀ ਯਾਲਮਾਨਾ ਵਤੀਰਾ ਜਾਰੀ ਰੱਖਿਆ ਲਾਹੌਰ ਦੇ دیਵਾਨ ਲਖਪਤ ਰਾਏ ਦੇ ਭਰਾ ਜਸਪਤ ਰਾਏ ਦੀ 1740 ਈਸਵੀ ਵਿੱਚ ਸਿੱਖਾਂ ਹੱਤੋਂ ਹੋਈ ਮੌਤ ਨੇ ਉਸ ਨੂੰ ਹੋਰ ਵੀ ਭੜਕਾ ਦਿੱਤਾ ਇੱਕ ਵੱਡੀ ਸੈਨਾ ਨਾਲ ਉਸ ਨੇ ਗੁਰਦਾਸਪੁਰ ਨੇੜੇ ਕਾਨੂੰਵਾਲ ਵਿਖੇ ਹਮਲਾ ਕਰਕੇ 7000 ਤੋਂ ਵੱਧ ਸਿੱਖਾਂ ਨੂੰ ਮਾਰ ਦਿੱਤਾ ਅਤੇ ਇਸ ਨੂੰ ਛੋਟਾ ਕੱਲੂਗੜ ਦਾ ਨਾਮ ਦਿੱਤਾ ਜਾਂਦਾ ਹੈ ਜਨਵਰੀ 1748 ਈਸਵੀ ਵਿੱਚ ਅਫਗਾਨਿਸਤਾਨ ਦਾ ਨਵਾਂ ਸ਼ਾਸਕ ਅਹਿਮਦ ਸ਼ਾਹ ਅਫਦਾਲੀ ਯਹੀਆ ਖਾਨ ਦੇ ਭਰਾ ਸ਼ਾਹ ਨਿਵਾਜ ਦੇ ਸੱਦੇ ਤੇ ਭਾਰਤ ਆਇਆ ਹੋਇਆ ਸੀ ਲਾਹੌਰ ਦੀ ਲੁੱਟ ਖਸੁੱਟ ਮਗਰੋਂ ਅਫਦਾਲੀ ਦਿੱਲੀ ਵੱਲ ਨੂੰ ਵਧਿਆ ਜਿੱਥੇ ਮੁਗਲ ਫੌਜ ਦੇ ਕਮਾਂਡਰ ਮੀਰ ਮੰਨੂ ਹੱਥੋਂ ਹਾਰ ਚੱਲਣੀ ਪਈ ਇਸ ਰਾਜਨੀਤਿਕ ਸਸੋਂਪੰਚ ਦਾ ਲਾਭ ਲੈਂਦਿਆਂ ਸਰਬਤ ਖਾਲਸਾ ਨੇ ਮੁੜ ਆਪਣੀ ਪਛਾਣ ਬਣਾਈ ਖਾਲਸਾ ਦੀਆਂ ਸਾਰੀਆਂ ਫੌਜਾਂ 1748 ਇਸੇ ਵਿੱਚ ਇੱਕ ਝੰਡੇ ਹੇਠ ਇਕੱਠੀਆਂ ਹੋਈਆਂ ਜਿਸ ਨੂੰ ਦਲ ਖਾਲਸਾ ਕਿਹਾ ਗਿਆ ਅਤੇ ਇਸ ਦੀ ਕਮਾਨ ਸਰਦਾਰ ਜੱਸਾ ਸਿੰਘ ਆਲੂਵਲੀਆ ਨੇ ਸੰਭਾਲੀ ਦਲ ਨੂੰ 11 ਇਕਾਈਆਂ ਮਿਸਲਾਂ ਵਿੱਚ ਵੰਡ ਦਿੱਤਾ ਗਿਆ ਹਰ ਮਿਸਲ ਨੂੰ ਵੱਖਰਾ ਨਾਮ ਅਤੇ ਨਿਤਾ ਦਿੱਤਾ ਗਿਆ 12ਵੀਂ ਮਿਸਲ ਫੁੱਲ ਚੱਕੀਆ ਮਿਸਲ ਦਲ ਖਾਲਸਾ ਦਾ ਭਾਗ ਨਹੀਂ ਸੀ ਅਤੇ ਕਈ ਵਾਰ ਉਸਨੇ ਜਨਮ ਵਿਰੋਧੀ ਕਾਰਵਾਈਆਂ ਵੀ ਕੀਤੀਆਂ ਥੋੜੇ ਹੀ ਸਮੇਂ ਵਿੱਚ ਦਲ ਖਾਲਸਾ ਨੇ ਪੰਜਾਬ ਦੇ ਵੱਡੇ ਹਿੱਸੇ ਤੇ ਕਬਜ਼ਾ ਕਰ ਲਿਆ ਦਲ ਖਾਲਸਾ ਨੇ ਪਹਿਲਾਂ ਸਰਹੰਦ ਵਿਖੇ ਅਹਿਮਦ ਸ਼ਾਹ ਅਫਦਾਲੀ ਦੇ ਗਵਰਨਰ ਨੂੰ ਹਰਾਇਆ ਇਹ 1762 ਇਸੇ ਵਿੱਚ ਵੱਡਾ ਕੱਲੂਕਾਰਾਂ ਤੋਂ ਬਾਅਦ ਹੋਇਆ ਅਤੇ ਇਸੇ ਸਾਲ ਖਾਲਸਾ ਨੇ ਅੰਮ੍ਰਿਤਸਰ ਵਿਖੇ ਅਹਿਮਦ ਸ਼ਾਹ ਨੂੰ ਵੀ ਹਰਾ ਦਿੱਤਾ ਸਿੱਖਾਂ ਨੇ ਸਤਲੁਜ ਤੋਂ ਜਮਨਾ ਵਿਚਲੇ ਇਲਾਕਿਆਂ ਤੇ ਮੁੜ ਕਬਜ਼ਾ ਕਰ ਲਿਆ 1764 ਈਸਵੀ ਵਿੱਚ ਸਰਹੰਦ ਤੇ ਕਬਜ਼ਾ ਕਰਨ ਉਪਰੰਤ ਮਿਸਲਦਾਰੀ ਪ੍ਰਣਾਲੀ ਹੋਂਦ ਵਿੱਚ ਆਈ ਕਪੂਰ ਸਿੰਘ ਅਤੇ ਜੱਸਾ ਸਿੰਘ ਆਲੂਵਾਲੀਆ ਨੇ ਸਿੱਖਾਂ ਨੂੰ ਯੋਗ ਅਗਵਾਈ ਦਿੱਤੀ ਪਰ 1783 ਈਸਵੀ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਮੌਤ ਮਗਰੋਂ ਪ੍ਰਤੱਖ ਰੂਪ ਵਿੱਚ ਦਲ ਖਾਲਸਾ ਦਾ ਅੰਤ ਹੋ ਗਿਆ ਛੋਟਾ ਕੱਲੂ ਘਰਾ ਲਾਹੌਰ ਦਾ ਦੀਵਾਨ ਲਖਪਤ ਰਾਏ ਆਪਣੇ ਭਰਾ ਜਸਪਤ ਰਾਏ ਜੋ ਕਿ ਇਮੀਨਾਬਾਦ ਦਾ ਫੌਜਦਾਰ ਸੀ ਅਤੇ ਜਿਸ ਦੇ ਸਿੱਖਾਂ ਨਾਲ ਹੋਏ ਝੜਪ ਵਿੱਚ ਮੌਤ ਹੋ ਗਈ ਸੀ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ ਲਾਹੌਰ ਦੇ ਮੁਗਲ ਗਵਰਨਰ ਯਹੀਆ ਖਾਨ ਦੀ ਮਦਦ ਨਾਲ ਲਖਪਤ ਰਾਏ ਨੇ ਸਿੱਖ ਵਿਰੋਧੀ ਵੱਡੀ ਮਹਿੰਮ ਚਲਾਈ ਅਤੇ ਇਸ ਨੂੰ ਅੰਜਾਮ ਦੇਣ ਲਈ ਵੱਡੀ ਸੈਨਾ ਤਿਆਰ ਕੀਤੀ ਗੁਰਦਾਸਪੁਰ ਨੇੜੇ ਕਾਨੂਮਾਨ ਦੇ ਸੰਘਣੇ ਜੰਗਲਾਂ ਵਿੱਚ ਸਿੱਖਾਂ ਨੂੰ ਘੇਰ ਲਿਆ ਗਿਆ ਜਿੱਥੇ ਉਹ ਬਹੁਤ ਬਹਾਦਰੀ ਨਾਲ ਲੜੇ ਪਰ ਵੱਡੀ ਗਿਣਤੀ ਫੌਜਾਂ ਦੇ ਸਾਹਮਣੇ ਸਿੱਖਾਂ ਨੂੰ ਬਹੁਤ ਨੁਕਸਾਨ ਚੱਲਣਾ ਪਿਆ ਲਗਭਗ 7000 ਸਿੱਖਾਂ ਨੂੰ ਕਤਲ ਕੀ ਕਰ ਦਿੱਤਾ ਗਿਆ ਅਤੇ 3000 ਸਿੱਖਾਂ ਨੂੰ 1 ਅਤੇ 2 ਮਈ 1746 ਦੀ ਲੜਾਈ ਵਿੱਚ ਨਜਰਬੰਦ ਕਰ ਦਿੱਤਾ ਗਿਆ ਲਗਭਗ ਜਿੱਤਨ ਮਗਰੋਂ ਲਾਹੌਰ ਵੱਲ ਨੂੰ ਪਰਤਿਆ ਜਿੱਥੇ ਕੈਦੀਆਂ ਨੂੰ ਸਿਰ ਵੱਢਣ ਲਈ ਕੈਦ ਕੀਤਾ ਗਿਆ ਸੀ ਇਸ ਥਾਂ ਤੇ ਅੱਜ ਗੁਰਦੁਆਰਾ ਸ਼ਹੀਦ ਹਨ ਸ਼ਹੀਦ ਗੰਜ ਮੌਜੂਦ ਹੈ 1746 ਇਸਵੀ ਵਿੱਚ ਹੋਏ ਇਸ ਕਤਲੇਆਮ ਨੂੰ ਛੋਟਾ ਕੱਲੂਕਾਰਾ ਕਿਹਾ ਜਾਂਦਾ ਹੈ ਇਹ 1762 ਇਸੇ ਵਿੱਚ ਹੋਏ ਵੱਡੇ ਕੱਲੂਕਾਰੇ ਤੋਂ ਵੱਖਰਾ ਹੈ ਇਸ ਛੋਟੇ ਕੱਲੂਕਾਰੇ ਦੀ ਯਾਦ ਵਿੱਚ ਪੰਜਾਬ ਸਰਕਾਰ ਨੇ 100 ਫੁੱਟ ਉੱਚੀ ਮিনার ਬਤੌਰ ਯਾਦਗਾਰੀ ਮিনার ਦੇ ਉਸਾਰੇ ਗੁਰਦਾਸਪੁਰ ਨੇੜੇ ਕਾਨੂੰਨ ਆਨ ਵਿਖੇ ਕਰਵਾਈ ਹੈ ਵੱਡਾ ਕੱਲੂਕਾਰਾ ਦਲ ਖਾਲਸਾ ਤੇ ਅਹਿਮਦ ਸ਼ਾਹ ਅਫਦਾਲੀ ਵਿੱਚ ਹੋਈ ਇੱਕ ਰੋਜਾ ਲੜਾਈ ਦੇ ਦੌਰਾਨ ਹੋਏ ਕਤਲਿਆਂ ਨੂੰ ਸਿੱਖ ਇਤਿਹਾਸ ਵਿੱਚ ਵੱਡੇ ਕੱਲੂ ਘਰ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਪਾਣੀਪਤ ਦੀ ਤੀਜੀ ਇਤਿਹਾਸਿਕ ਲੜਾਈ ਜਿੱਤਣ ਮਗਰੋਂ ਜਦੋਂ ਉਹ ਘਰ ਮੁੜ ਰਿਹਾ ਸੀ ਤਾਂ ਸਿੱਖ ਸੈਨਿਕਾਂ ਨੇ ਉਸ ਦੀ ਕਾਫੀ ਲੁੱਟਖਸੁੱਟ ਕੀਤੀ ਅਤੇ ਉਸ ਨੂੰ ਕਾਫੀ ਪਰੇਸ਼ਾਨ ਕੀਤਾ ਸਿੱਖਾਂ ਨੇ ਸਰਹੰਦ ਅਤੇ ਮਲੇਰਕੋਟਲਾ ਦੀ ਲੁੱਟਖਸੁੱਟ ਕੀਤੀ ਅਤੇ ਜਲੰਧਰ ਦੇ ਫੌਜਦਾਰ ਨੂੰ ਅਗਵਾ ਕਰ ਲਿਆ ਜਿਸ ਨਾਲ ਅਫਦਾਲੀ ਹੋਰ ਗੁੱਸੇ ਵਿੱਚ ਆ ਗਿਆ ਸਿੱਖ ਜੋ ਕਿ ਮਲੇਰਕੋਟਲਾ ਦੇ ਨੇੜੇ ਕੁਪ ਰੋਹੀੜਾ ਵਿਖੇ ਇੱਕ ਟੈਂਟ ਵਿੱਚ ਰਹਿ ਰਹੇ ਸਨ ਨੂੰ ਅਫਗਾਨੀ ਵੱਲੋਂ ਕੈਦ ਕਰ ਲਿਆ ਗਿਆ 5 ਫਰਵਰੀ ਨੂੰ ਸਿੱਖਾਂ ਤੇ ਅਫਗਾਨੀ ਵਿਚ ਕਮਸਾਨ ਦੀ ਲੜਾਈ ਹੋਈ ਸਿੱਖਾਂ ਨੇ ਲੜਦੇ ਲੜਦੇ ਮਰਨ ਦੀ ਸੌਂ ਖਾਦੀ ਪਰ ਛੇਤੀ ਹੀ ਅਫਗਾਨੀ ਦੀ ਵੱਡੀ ਸੈਨਾ ਨੇ ਉਹਨਾਂ ਤੇ ਕਬਜ਼ਾ ਕਰ ਲਿਆ ਇਸ ਕਤਲੇਆਮ ਵਿੱਚ ਲਗਭਗ 20 ਤੋਂ 25 ਹਜ਼ਾਰ ਸਿੱਖ ਔਰਤਾਂ ਅਤੇ ਬੱਚੇ ਆ ਸਮੇਤ ਮਾਰੇ ਗਏ 1762 ਈਸਵੀ ਵਿੱਚ ਹੋਏ ਇਸ ਕਤਲੇਆਮ ਨੂੰ ਵੱਡਾ ਕੱਲੂਕਾਰਾ ਕਿਹਾ ਜਾਂਦਾ ਹੈ ਅਜਿਹਾ 1746 ਈਸਵੀ ਵਿੱਚ ਹੋਏ ਛੋਟੇ ਕੱਲੀਕਾਰ ਕੱਲੂਕਾਰੇ ਤੋਂ ਇਸ ਨੂੰ ਵੱਖਰੀ ਪਛਾਣ ਦੇਣ ਲਈ ਕੀਤਾ ਗਿਆ ਪੰਜਾਬ ਸਰਕਾਰ ਨੇ ਪਿੰਡ ਕੋਹ ਪਰੋਹਿੜਾ ਨੇੜੇ ਮਲੇਰਕੋਟਲਾ ਜ਼ਿਲ੍ਹਾ ਸੰਗਰੂਰ ਵਿਖੇ ਵੱਡਾ ਕੱਲੂ ਘਾਰ ਦੀ ਯਾਦਗਾਰ ਬਣਾਈ ਹੈ ਇਹ ਸੀ ਪਾਠ ਨੰਬਰ 4 ਪੰਜਾਬ ਦਾ ਮੱਧਕਾਲੀਨ ਇਤਿਹਾਸ ਦੇ ਵਿੱਚ ਦਲ ਖਾਲਸਾ ਬਾਰੇ ਜਾਣਕਾਰੀ ਮਿਲਦੇ ਹਾਂ ਅਗਲੀ ਵੀਡੀਓ ਸਿੱਖ ਮਿਸਲਾਂ ਧੰਨਵਾਦ